ਸੋ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜਿਹੜੇ ਚੈਨਲ ਤੇ ਨਵੇਂ ਆ ਸਭ ਤੋਂ ਪਹਿਲਾਂ ਜਾ ਕੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਟਾਈਟਲ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਆਪਾਂ ਵਲੌਗ ਕਿਉਂ ਨੇ ਵੈਸਟ ਵਲੌਗ ਕਰ ਰਹੇ ਹਾਂ ਸੋ ਆਪਾਂ ਬਿਨਾਂ ਕਿਸੇ ਦੇਰੀ ਤੋਂ ਵਲੌਗ ਨੂੰ ਸ਼ੁਰੂ ਕਰਦੇ ਹਾਂ ਲੈਟ ਗੈਟ ਸਟਾਰਟਡ ਜੀ ਜਿਹੜੇ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਸਾਰਿਆਂ ਨੂੰ ਪਤਾ ਹੋਊਗਾ ਥੋੜ੍ਹੇ ਦਿਨ ਪਹਿਲਾਂ ਮੈਂ ਇੰਸਟਾਗ੍ਰਾਮ ਤੇ ਸਟੋਰੀ ਪਾਈ ਸੀ ਕੁਐਸਚਨ ਆਨਸਰ ਵਲੌਗ ਲਈ ਸੋ ਜਿਹਨਾਂ ਨੇ ਕੁਐਸਚਨ ਪੁੱਟ ਕੀਤੇ ਆਪਾਂ ਉਹਨਾਂ ਦੇ ਆਨਸਰ ਦੇਵਾਂਗੇ ਤੇ ਜਿਹਨਾਂ ਨੇ ਇੰਸਟਾਗ੍ਰਾਮ ਤੇ ਨਹੀਂ ਫੋਲੋ ਕੀਤਾ ਜਾ ਕੇ ਫੋਲੋ ਕਰ ਲਓ ਆਈਡੀ ਥੱਲੇ ਮੈਂਸ਼ਨ ਕਰ ਦਿੰਦਾ ਦ ਗੌਤਮ ਸ਼ਰਮਾ ਸੋ ਫਸਟ ਕੁਐਸਚਨ ਸਾਡਾ ਹੈਗਾ ਆ ਆਪਣੇ ਵਲੌਗ ਕੇ ਬਾਰੇ ਮੈਂ ਕੈਸੇ ਸੋਚਾ ਜੀ ਵਲੌਗ ਕੇ ਬਾਰੇ ਮੈਂ ਬਸ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ ਸੀਗੇ ਡੀਐਮਸ ਆ ਰਹੇ ਸੀਗੇ ਕਿ ਤੁਸੀਂ ਵੀ ਵਲੌਗਿੰਗ ਸ਼ੁਰੂ ਕਰੋ ਆਪਾਂ ਵੀ ਸੋਚਿਆ ਕਿ ਯੂਟਿਊਬ ਵਧੀਆ ਪਲੈਟਫਾਰਮ ਆ ਅਤੇ ਆਪਾਂ ਵੀ ਵਲੌਗਿੰਗ ਸ਼ੁਰੂ ਕਰਤੀ ਆ ਸੀ ਆਪਣਾ ਸੈਕਿੰਡ ਵਲੌਗ ਆ ਵਾਈ ਸੋ ਇਨਐਕਟਿਵ ਬਿਕੋਜ਼ ਯਾਰ ਮੇਰੇ ਪੇਪਰ ਚੱਲਦੇ ਸੀ ਫਸਟ ਟਰਮ ਦੇ ਸੋ ਮੈਂ ਬਹੁਤ ਇਨਐਕਟਿਵ ਰਿਹਾ ਵਿੱਚ ਆਈ ਐਮ ਸੋਰੀ ਫੋਰ ਦੈਟ ਹੁਣ ਤੋਂ ਆਪਾਂ ਡੇਲੀ ਐਕਟਿਵ ਰਹਾਂਗੇ ਅਫੀਸ਼ੀਅਲ ਸ਼ੀਤਲ ਤੁਸੀਂ ਬਹੁਤ ਤਰੱਕੀਆਂ ਕਰ ਰਹੇ ਹੋ ਅਤੇ ਬਾਬਾ ਜੀ ਇੱਦਾਂ ਹੀ ਖੁਸ਼ੀਆਂ ਬਖਸ਼ੇ ਵਾਹਿਗੁਰੂ ਮੇਰ ਕਰੇ ਥੈਂਕ ਯੂ ਸੋ ਮੱਚ ਬਸ ਤੁਹਾਡੇ ਪਿਆਰ ਨਾਲ ਅਤੇ ਬਾਬਿਆਂ ਦੀ ਮਿਹਰ ਨਾਲ ਅਸੀਂ ਅੱਗੇ ਵੱਧ ਰਹੇ ਹਾਂ ਅਤੇ ਇੱਦਾਂ ਹੀ ਪਿਆਰ ਕਰਦੇ ਰਹੋ ਸੋ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਹੈਗਾ ਅੱਖਾਂ ਤੁਹਾਡੀਆਂ ਰੀਅਲ ਨੇ ਜਾਂ ਲੈਂਸ ਸਾਰਿਆਂ ਨੂੰ ਮੈਂ ਦੱਸਦਾ ਵਾਂ ਮੇਰੀ ਅੱਖਾਂ ਰੀਅਲ ਨੇ ਅਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਕਹੂੰਗਾ ਜੇ ਤੁਸੀਂ ਕਦੇ ਲੈਂਸ ਪਾਉਂਦੇ ਹੋ ਪਲੀਜ਼ ਨਾ ਪਾਓ ਬਹੁਤ ਰੇਅਰ ਪਾਓ ਫੈਸਟਿਵ ਓਕੇਜ਼ਨ ਵਗੈਰਾ 'ਤੇ ਅੱਖਾਂ ਖਰਾਬ ਹੋ ਜਾਂਦੀਆਂ ਮੈਂ ਬਹੁਤ ਪਹਿਲਾਂ ਪਾਉਣੇ ਸ਼ੁਰੂ ਕੀਤੇ ਸੀ ਬਟ ਇਟ ਇਜ਼ ਨੋਟ ਗੁੱਡ ਫੋਰ ਯੋਰ ਆਈਜ਼ ਨੈਕਸਟ ਕੁਐਸਚਨ ਵਟਸ ਦਾ ਬੈਸਟ ਮੈਮਰੀ ਆਫ ਯੋਰ ਲਾਈਫ ਮੇਰੀ ਉੱਦਾਂ ਤਾਂ ਸਾਰੀ ਮੈਮਰੀਜ਼ ਬੈਸਟ ਹੀ ਆ ਬਟ ਮੇਰੀ ਸਭ ਤੋਂ ਜ਼ਿਆਦਾ ਬੈਸਟ ਮੈਮਰੀ ਹੈਗੀ ਜਿਹੜੀ ਮੈਂ ਆਪਣੇ ਰੀਅਲ ਬ੍ਰਦਰ ਨਾਲ ਕੀਤੀਆਂ ਮਤਲਬ ਜੋ ਵੀ ਜਦੋਂ ਤੱਕ ਉਹ ਇੰਡੀਆ ਸੀਗੇ ਆਪਾਂ ਬਹੁਤ ਫਨ ਕੀਤਾ ਆ ਉਹ ਸਾਰੀਆਂ ਮੈਮਰੀਜ਼ ਮੇਰੀਆਂ ਸਭ ਤੋਂ ਬੈਸਟ ਸੀਗੀਆਂ ਅਤੇ ਮੈਂ ਉਹਨਾਂ ਨੂੰ ਮਿਸ ਕਰਦਾ ਆਪਣੇ ਭਰਾ ਨੂੰ ਅਤੇ ਜਦੋਂ ਵੀ ਉਹ ਆਉਣਗੇ ਉਹਨਾਂ ਨਾਲ ਵੀ ਵੀਡੀਓਜ਼ ਬਣਾਵਾਂਗੇ ਵਲੌਗ ਬਣਾਵਾਂਗੇ ਸੂਨ ਉਹ ਆ ਰਹੇ ਆ ਹੁਣ ਮੈਨੂੰ ਨਹੀਂ ਪਤਾ ਕਦੋਂ ਆ ਰਹੇ ਆ ਨੈਕਸਟ ਕੁਐਸਚਨ ਹੂ ਇਜ਼ ਯੋਰ ਬੈਸਟ ਫਰੈਂਡ ਵਨ ਗਰਲ ਐਂਡ ਵਨ ਬੋਏ ਸਭ ਤੋਂ ਪਹਿਲਾਂ ਜੀ ਉੱਦਾਂ ਤਾਂ ਸਾਰੇ ਬੈਸਟ ਫਰੈਂਡਸ ਹੁੰਦੇ ਆ ਆਪਾਂ ਜਿਹਤੇ ਯਕੀਨ ਕਰ ਲੈਂਦੇ ਹਾਂ ਜਿਹਨਾਂ ਸਾਰੀਆਂ ਗੱਲਾਂ ਸ਼ੇਅਰ ਕਰ ਲੈਂਦੇ ਉਹ ਸਾਡਾ ਬੈਸਟ ਫਰੈਂਡ ਬਣ ਜਾਂਦਾ ਬਟ ਅੱਜ ਕੱਲ੍ਹ ਦੀ ਦੁਨੀਆ 'ਚ ਕਿਸੇ 'ਤੇ ਟਰੱਸਟ ਨਾ ਕਰੋ ਇਹ ਬੈਟਰ ਆ ਬੈਸਟ ਫਰੈਂਡ ਵਗੈਰਾ ਤਾਂ ਕੋਈ ਹੈ ਨਹੀਂ ਇੱਦਾਂ ਹੀ ਆ ਸਾਰੇ ਫਰੈਂਡਸ ਆ ਨੈਕਸਟ ਕੁਐਸਚਨ ਮੁਸਕਾਨ ਅਰੋੜਾ 768 ਵਟ ਇਜ਼ ਯੋਰ ਏਜ ਮੇਰੀ ਏਜ ਮੈਂ ਉੱਦਾਂ ਕਈ ਵਾਰੀ ਦੱਸ ਚੁੱਕਾ ਮਾਈ ਏਜ ਇਜ਼ 18 ਸੋ ਇਹ ਤੋਂ ਬਾਅਦ ਕੁਐਸਚਨ ਪੁੱਟ ਕੀਤਾ ਓਫੀਸ਼ੀਅਲ ਸ਼ੀਤਲ ਨੇ ਫਿਰ ਤੋਂ ਤੁਹਾਡੀ ਏਜ ਕਲਾਸ ਫੇਵਰੇਟ ਫੂਡ ਕਲਰ ਬ੍ਰੈਂਡ ਮਾਈ ਏਜ ਇਜ਼ 18 ਮੈਂ ਦੱਸਤਾ ਹਲੇ ਕਲਾਸ 12th ਉਹ ਵੀ ਦੱਸਤਾ ਫੇਵਰੇਟ ਫੂਡ ਪੀਜ਼ਾ ਪੀਜ਼ਾ ਮੇਰਾ ਸਭ ਤੋਂ ਫੇਵਰੇਟ ਆ ਕਲਰ ਮੇਰਾ ਬਲੈਕ ਬਲੈਕ ਇਜ਼ ਮਾਈ ਫੇਵਰੇਟ ਵਾਈਟ ਵੀ ਫੇਵਰੇਟ ਆ ਵਾਈਟ ਬਟ ਮੈਂ ਸ਼ੂਜ਼ ਜ਼ਿਆਦਾ ਪ੍ਰੈਫਰ ਵਾਈਟ ਕਰਦਾ ਉੱਦਾਂ ਬਲੈਕ ਅਤੇ ਬ੍ਰੈਂਡ ਬ੍ਰੈਂਡ ਯਾਰ ਸਾਰੇ ਵਧੀਆ ਆ ਆਪਣੀ ਆਪਣੀ ਥਾਂ 'ਤੇ ਜਿਹੜੀ ਚੀਜ਼ ਵਧੀਆ ਲੱਗੇ ਆਪਾਂ ਉਹ ਪਾ ਲਈ ਦੀ ਸੋ ਨੈਕਸਟ ਕੁਐਸਚਨ ਇਜ਼ ਆਫਟਰ ਫੈਮਿਲੀ ਹੂਮ ਡੂ ਯੂ ਟਰਸਟ ਦਾ ਮੋਸਟ ਇਹ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਆਈ ਟਰਸਟ ਸਮਵਨ ਕੋਈ ਨਹੀਂ ਆਪਾਂ ਸ਼ਿਕਰੀ ਵੀਲ ਕਰਾਂਗੇ ਬਾਕੀ ਯਾਰ ਸਾਰਿਆਂ 'ਤੇ ਟਰਸਟ ਹੀ ਆ ਆਪਾਂ ਟਰਸਟ ਹੀ ਛਡਾਉਂਦੇ ਨਹੀਂ ਕੋਜ਼ ਆਪਣੀ ਕੋਈ ਇੱਦਾਂ ਦੀ ਗੱਲ ਹੈ ਨਹੀਂ ਗੀ ਜਿਹੜੀ ਆਪਾਂ ਮਤਲਬ ਟਰਸਟ ਨਾ ਕਰ ਪਾਈਏ ਵਧੀਆ ਸੋ ਨੈਕਸਟ ਬਹੁਤ ਵਧੀਆ ਮਤਲਬ ਕੁਐਸਚਨ ਕਹਿ ਲਓ ਮਤਲਬ ਮੈਨੂੰ ਟੌਂਟ ਵੱਜਾ ਮੇਰੇ ਕੋਈ ਕੁਐਸਚਨ ਹੀ ਨਹੀਂ ਪੁੱਛਣਾ ਪਰ ਰਿਪਲਾਈ ਤੋ ਕਰਤੇ ਨਹੀਂ ਮੁਝੇ ਮੁਝੇ ਐਸਾ ਹਮੇਸ਼ਾ ਹੋਤਾ ਹੈ ਮੇਰੇ ਸਾਥ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਮੈਂ ਸਾਰਿਆਂ ਨੂੰ ਰਿਪਲਾਈ ਕਰਦਾ ਕੋਸ਼ਿਸ਼ ਕਰਦਾ ਜੇ ਕਿਸੇ ਨੂੰ ਨਾ ਆਵੇ ਆਮ ਸੋਰੀ ਡੀਐਮ ਮੈਂ ਕਈ ਵਾਰ ਚੈੱਕ ਕਰ ਲੈਂਦਾ ਕਈ ਵਾਰੀ ਨਹੀਂ ਕਰਦਾ ਕਿਸ ਤਰ੍ਹਾਂ ਡੀਐਮ ਰਹਿ ਜਾਵੇ ਆਮ ਸੋਰੀ ਮੈਂ ਲਾਈਵ ਹੁੰਦਾ ਸਾਰਿਆਂ ਲਈ ਅਤੇ ਆਪਾਂ ਗੱਲਬਾਤ ਕਰਾਂਗੇ ਅੱਗੇ ਵੀ ਹੁੰਦਾ ਰਹੂੰਗਾ ਲਵ ਯੂ ਸਾਰਿਆਂ ਬੈਸਟ ਥਿੰਗ ਐਵਰ ਹੈਪਨ ਟੂ ਯੂ ਬੈਸਟ ਥਿੰਗ ਐਵਰ ਹੈਪਨ ਟੂ ਯੂ ਤੁਹਾਡੇ ਸਾਰਿਆਂ ਦਾ ਪਿਆਰ ਇਟਸ ਦਾ ਬੈਸਟ ਥਿੰਗ ਐਵਰ ਹੈਪਨ ਟੂ ਮੀ ਮਸਤ ਜੋਕ ਮਾਰਾ ਰੇ ਯਾ ਹੱਸ ਰਿਹਾ ਹਲਕਟ ਹੱਸ ਪਰ ਯਾਰ ਮੈਨੂੰ ਕੋਈ ਯਾਦ ਨਹੀਂ ਆਇਆ ਇਸ ਕਰਕੇ ਪਰ ਯਾਰ ਫਿਰ ਵੀ ਤੁਹਾਡਾ ਬੈਸਟ ਆ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਆ ਇਹ ਕੁਐਸਚਨ ਲਾਈਕ ਇਹਦੇ ਬਾਰੇ ਹੁਣ ਮੈਂ ਤੁਹਾਨੂੰ ਦੱਸਦਾ
ਐਮਬੈਰੇਸਿੰਗ ਮੂਮੈਂਟ ਤੁਹਾਡੀ ਕਿਹੜੀ ਰਹੀ ਆ? ਐਮਬੈਰੇਸਿੰਗ ਮੂਮੈਂਟ ਮੇਰੀ ਯਾਰ, ਇੱਕ ਵਾਰੀ ਮੈਂ ਇੰਨਾ ਹੋਇਆ ਸੀਗਾ, ਮੈਨੂੰ ਕਿਸੇ ਨੇ ਉਦੋਂ ਕਹਿਤਾ ਸੀਗਾ ਕਿ ਤੁਸੀਂ ਮੈਡੀਕਲ ਕਰਦੇ ਹੋ, ਮੈਂ ਵੀ ਮਤਲਬ 10 ਮਿੰਟ ਉਹਨਾਂ ਨਾਲ ਇੱਦਾਂ ਗੱਲ ਕਰਦਾ ਰਿਹਾ। ਸਮਝ ਰਹੇ ਹੋ, ਸਮਝ ਰਹੇ ਹੋ, ਸਮਝ ਰਹੇ ਹੋ ਯਾਰ, ਮੈਂ ਮੈਡੀਕਲ ਕਰਦਾ ਆ। ਉਹ ਮੰਨ ਗਏ ਸੀਗੇ ਤੇ, ਬਟ ਪਿੱਛੋਂ ਮੇਰੇ ਨਾਲ ਕੇ ਮੇਰਾ ਫਰੈਂਡ ਸੀਗਾ, ਉਹਨਾਂ ਨੂੰ ਉਹਨਾਂ ਨੇ ਕਨਫਰਮ ਕਰਨ ਵਾਸਤੇ ਪੁੱਛਿਆ ਕਿ ਇਹ ਮੈਡੀਕਲ 'ਚ ਆਇਆ ਕੀ ਕਰਦਾ, ਤੇ ਉਹਨਾਂ ਨੇ ਅੱਗੇ ਕਹਿਤਾ ਕਮਰਸ 'ਚ। ਸ਼ਾਬਾਸ਼ ਬੇਟਾ, ਬਹੁਤ ਮਤਲਬ ਉਹ ਮੇਰੇ ਲਈ ਬੜੀ ਐਮਬੈਰਸਿੰਗ ਮੂਮੈਂਟ ਸੀਗੀ। ਉਹ ਮੇਰੇ 'ਤੇ ਮਤਲਬ ਸ਼ੇਮ ਮੈਂ ਫੀਲ ਕਰ ਗਿਆ ਸੀਗਾ ਕਿ ਮੈਂ ਐਵੇਂ ਝੂਠ ਕਾਹਨੂੰ ਬੋਲਿਆ। ਫਿਰ ਉਸ ਤੋਂ ਬਾਅਦ ਮੈਂ ਕਿਸੇ ਨੂੰ ਕਿਹਾ ਨਹੀਂ, ਪਰ ਮੈਂ ਵੀ ਯਾਰ ਟਰਾਈ ਕਰਦਾ ਰਿਹਾ, ਆਪਾਂ ਗੱਲਬਾਤ ਕਰਦੇ ਰਹੇ ਵਧੀਆ। ਜੇ ਨਾ ਮੇਰਾ ਫਰੈਂਡ ਕਹਿੰਦਾ ਕਾਸ਼ ਉਹ ਮੇਰੇ ਲਈ ਐਮਬੈਰਸਿੰਗ ਮੂਮੈਂਟ ਨਾ ਹੁੰਦੀ, ਬਟ ਇੱਦਾਂ ਮੂਮੈਂਟ ਹੋਣੀ ਚਾਹੀਦੀ ਆ ਲਾਈਫ 'ਚ। ਚਲੋ ਕੋਈ ਨਹੀਂ, ਇਟ ਹੈਪਨਸ। ਆਪਕੀ ਫੈਮਿਲੀ ਮੈਂ ਕੌਣ ਕੌਣ ਹੈ? ਮੇਰੀ ਫੈਮਿਲੀ ਮੈਂ ਕੌਣ ਕੌਣ ਹੈ? ਮੈਂ, ਮਾਈ ਮੋਮ, ਮਾਈ ਡੈਡ ਐਂਡ ਮਾਈ ਬ੍ਰਦਰ। ਤੁਹਾਡੀ ਗਰਲਫਰੈਂਡ? ਮਾਈ ਗਰਲਫਰੈਂਡ ਕੋਈ ਵੀ ਨਹੀਂ ਹੈ, ਬਣਦੀ ਨਹੀਂ ਯਾਰ ਮੇਰੀ ਗਰਲਫਰੈਂਡ। ਨੈਕਸਟ ਕੁਐਸਚਨ ਇਜ਼, ਵਟ ਇਜ਼ ਯੋਰ ਫੇਵਰੇਟ ਡਰਿੰਕ? ਸਾਰਿਆਂ ਨੇ ਪਿਛਲਾ ਵਲੋਗ ਤਾਂ ਦੇਖ ਹੀ ਲਿਆ ਹੋਊਗਾ, ਜਿਹਨੇ ਨਹੀਂ ਦੇਖਿਆ ਜਾ ਕੇ ਮੇਰਾ ਪਹਿਲਾ ਵਲੋਗ ਚੈੱਕ ਕਰੋ, ਉਹ 'ਚ ਤੁਹਾਨੂੰ ਪਤਾ ਲੱਗ ਜਾਊਗਾ ਮੇਰੀ ਫੇਵਰੇਟ ਡਰਿੰਕ ਕਿਹੜੀ ਆ। ਸਟਾਰਬਕਸ ਸਾਰੇ ਦੇਖ ਲਿਓ ਯਾਰ, ਛੱਡੋ ਕਹਿਣਾ ਕੀ, ਦੇਖ ਲਿਓ ਅਤੇ ਦੱਸ ਦਿਓ ਜੇ ਤੁਹਾਨੂੰ ਵੀ, ਜ਼ਰੂਰ ਟਰਾਈ ਕਰਿਓ ਯਾਰ, ਹੁਣ ਤਾਂ ਤੁਹਾਨੂੰ ਵੀ ਉਹ ਵਧੀਆ ਲੱਗੇ ਤਾਂ ਮੈਨੂੰ ਜ਼ਰੂਰ ਦੱਸਿਓ। ਆਪਕਾ ਕੋਈ ਕਰਸ਼ ਹੈ? ਕਰਸ਼ ਕਰਸ਼ ਹੋ ਗਿਆ, ਕਰਸ਼ ਹੀ ਨਹੀਂ ਬਣਾ ਕੋਈ, ਪਸੰਦ ਨਹੀਂ ਆਇਆ ਯਾਰ ਕੋਈ ਜ਼ਿੰਦਗੀ 'ਚ। ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ। ਨੈਕਸਟ ਕੁਐਸਚਨ ਇਜ਼, ਵਟ ਇਜ਼ ਦਾ ਮੋਸਟ ਯੂਜ਼ਫੁਲ ਥਿੰਗ ਯੂ ਓਨ? ਇਟਸ ਮਾਈ ਫੋਨ। ਹਾਂਜੀ, ਸੋ ਨੈਕਸਟ ਕੁਐਸਚਨ ਇਜ਼, ਵਟ ਗੋਲਸ ਡੂ ਯੂ ਹੈਵ ਫੋਰ ਦਾ ਨੈਕਸਟ 5 ਈਅਰਸ? ਗੋਲ ਦੀ ਗੋਲ ਦਾ, ਦੁਨੀਆ ਵੀ ਗੋਲ, ਅਸੀਂ ਵੀ ਗੋਲ ਕੋਲ ਘੁੰਮੀ ਜਾ ਰਹੇ, ਘੁੰਮੀ ਜਾ ਰਹੇ, ਇੱਕ ਦਿਨ ਪਹੁੰਚਾਂਗੇ ਆਪਣੇ ਗੋਲ 'ਤੇ। ਬਸ ਰੱਬ ਰੱਖਾ ਸਾਡਾ ਤਾਂ। ਨੈਕਸਟ ਕੁਐਸਚਨ, ਆਰ ਯੂ ਅ ਨੋਨ ਵੈਜੀਟੇਰੀਅਨ ਔਰ ਵੈਜੀਟੇਰੀਅਨ? ਆਈ ਐਮ ਪਿਓਰ ਵੈਜੀਟੇਰੀਅਨ, ਮੈਂ ਨੋਨ ਵੈਜ ਨਹੀਂ ਕਦੇ ਖਾਧਾ, ਨਾ ਮੈਂ ਕਦੇ ਖਾਊਂਗਾ, ਮੈਨੂੰ ਨਹੀਂ ਵਧੀਆ ਲੱਗਦਾ ਆਪ ਨੂੰ, ਸੋ ਆਈ ਐਮ ਪਿਓਰ ਵੈਜੀਟੇਰੀਅਨ। ਹੂ ਸਪੋਰਟਸ ਯੂ ਦਾ ਮੋਸਟ? ਮਾਈ ਮੋਮ ਸਪੋਰਟਸ ਮੀ ਦਾ ਮੋਸਟ, ਐਂਡ ਮਾਈ ਬ੍ਰਦਰ, ਉਸ ਤੋਂ ਬਾਅਦ ਪਾਪਾ, ਮਾਈ ਹੋਲ ਫੈਮਲੀ, ਮਾਮੂ ਐਂਡ ਮੇਰੇ ਨਾਨਕੇ ਬਹੁਤ ਸਪੋਰਟ ਕਰਦੇ ਮੈਨੂੰ, ਮਾਮੂ, ਮਾਮੀ, ਮਾਈ ਕਜ਼ਨਸ ਬਹੁਤ ਸਪੋਰਟ ਕਰਦੇ ਮੈਨੂੰ, ਸਾਰੇ ਸਪੋਰਟ ਕਰਦੇ ਆ। ਆਈ ਲਵ ਯੂ ਆਲ ਗਾਈਸ। ਨੈਕਸਟ ਕੁਐਸਚਨ ਇਜ਼, ਆਪਕੀ ਗਰਲਫਰੈਂਡ ਥੀ, ਅਗਰ ਥੀ ਤਾਂ ਉਸਕਾ ਨਾ ਨੇਮ ਕਾ ਫਸਟ ਲੈਟਰ ਕਿਆ ਥਾ, ਬਤਾਓ ਨਾ ਪਲੀਜ਼। ਮੇਰੀ ਗਰਲਫਰੈਂਡ, ਹਾਂ ਆਈ ਹੈਡ ਅ ਗਰਲਫਰੈਂਡ, ਥੀ ਮੇਰੀ ਗਰਲਫਰੈਂਡ, ਬਹੁਤ ਟਾਈਮ ਹੋ ਗਿਆ ਅਬ, ਉਸਕਾ ਫਸਟ ਲੈਟਰ ਏ ਟੂ ਜ਼ੈਡ ਮੇਂ ਸੇ ਕੋਈ ਹੋਊਗਾ? ਅਗਰ ਕਿਸੇ ਕੋ ਪਤਾ ਕਮੈਂਟ ਸੈਕਸ਼ਨ ਮੇਂ ਜਾ ਕੇ ਬਤਾਨਾ, ਮੈਂ ਲਾਈਕ ਕਰ ਦੂੰਗਾ ਕਮੈਂਟ, ਜੇ ਉਹ ਸੱਚੀ ਹੋਇਆ ਅਲਫਾਬੈਟ, ਸਾਰੇ ਕਮੈਂਟ ਕਰੋ ਏ ਟੂ ਜ਼ੈਡ ਦੇ ਵਿੱਚ ਵਿੱਚ। ਆਈ ਐਮ ਚੈਕਿੰਗ ਦਿਸ ਟਾਈਮ ਕਮੈਂਟ ਸੈਕਸ਼ਨ, ਮੈਂ ਲਾਈਕ ਕਰੂੰਗਾ ਪੱਕਾ, ਫਿਰ ਦੇਖ ਲਿਓ ਸਾਰੇ। ਨੈਕਸਟ ਕੁਐਸਚਨ, ਵਟਸ ਦਾ ਮੋਸਟ ਵਰਸਟ ਥਿੰਗ ਐਵਰ ਡਿਡ? ਥੋੜ੍ਹੇ ਦਿਨ ਪਹਿਲਾਂ ਹੀ ਵਰਸਟ ਥਿੰਗ ਹੋਈ ਮੇਰੇ ਨਾਲ, ਮੈਂ ਘਰ ਕਹਿ ਕੇ ਗਿਆ ਮੈਂ ਕਿਸੇ ਹੋਰ ਥਾਂ 'ਤੇ ਚੱਲਾਂ, ਬਟ ਮੈਂ ਚੱਲ ਕਿਸੇ ਹੋਰ ਜਗ੍ਹਾ 'ਤੇ ਗਿਆ, ਮੈਨੂੰ ਹੁਣ ਰਿਗਰੈਟ ਹੁੰਦਾ, ਉਸ ਘਰ ਦੇ ਵੀ ਮੇਰੇ ਤੋਂ ਬਹੁਤ ਗੁੱਸੇ ਸੀ, ਮੈਨੂੰ ਬਹੁਤ ਗਾਲਾਂ ਪਈਆਂ, ਫਿਰ ਉਹ ਇਹ ਮੇਰੇ ਲਈ ਵਰਸਟ ਥਿੰਗ ਸੀਗੀ, ਅੱਗੇ ਤੋਂ ਮੈਂ ਇੱਦਾਂ ਨਹੀਂ ਕਰੂੰਗਾ। ਮੰਮੀ ਤੁਸੀਂ ਇਹ ਵਲੋਗ ਦੇਖ ਹੀ ਰਹੇ ਹੋਵੋਗੇ, ਆਈ ਐਮ ਸੋਰੀ, ਅੱਗੇ ਤੋਂ ਇੱਦਾਂ ਦਾ ਕਦੇ ਨਹੀਂ ਕੁਛ ਹੋਊਗਾ, ਮੈਂ ਦੱਸ ਕੇ ਜਾਊਂਗਾ ਜਦੋਂ ਵੀ ਜਾਊਂਗਾ। ਨੈਕਸਟ ਕੁਐਸਚਨ ਇਜ਼, ਮੰਮਾ ਪਾਪਾ ਨੂੰ ਪਹਿਲੀ ਵਾਰ ਪ੍ਰਾਊਡ ਕਦੋਂ ਫੀਲ ਕਰਵਾਇਆ ਸੀ? ਯਾਰ ਮੈਂ ਮੰਮਾ ਪਾਪਾ ਨੂੰ ਉੱਦਾਂ ਕਦੇ ਲੈਟ ਡਾਊਨ ਜ਼ਿਆਦਾ ਹੋਣ ਨਹੀਂ ਦਿੱਤਾ, ਇੱਕ ਦੋ ਵਾਰੀ ਹੋਇਆ ਹੋਊਗਾ, ਬਟ ਮੈਂ ਜ਼ਿਆਦਾਤਰ ਪ੍ਰਾਊਡ ਹੀ ਫੀਲ ਕਰਾਇਆ, ਅਤੇ ਅੱਗੇ ਵੀ ਪ੍ਰਾਊਡ ਫੀਲ ਕਰਾਉਂਦੇ ਰਹਾਂਗੇ, ਹਾਲੇ ਬਹੁਤ ਦੁਨੀਆ ਪਈ ਆ, ਪ੍ਰਾਊਡ ਹੀ ਫੀਲ ਕਰਾਉਣਾ, ਤੁਸੀਂ ਵੀ ਸਾਰਿਆਂ ਨੇ ਆਪਣੇ ਘਰਦਿਆਂ ਨੂੰ ਪ੍ਰਾਊਡ ਹੀ ਫੀਲ ਕਰਾਉਣਾ, ਤੁਹਾਡੇ ਤੋਂ ਪ੍ਰਾਊਡ ਫੀਲ ਕਰਨ, ਕਹਿਣ ਕਿ ਹਾਂ ਇਹ ਸਾਡਾ ਬੱਚਾ ਹੈ। ਯਾਰ ਗੌਤਮ, ਮੈਂ ਕਬ ਸੇ ਵੇਟ ਕਰ ਰਹੀ ਥੀ ਆਪਕੇ ਯੂਟਿਊਬ ਚੈਨਲ ਕਾ, ਪਲੀਜ਼ ਆਪਣੇ ਲਾਈਫ ਸਟਾਈਲ ਹੁਣ ਟੂਰ ਸਭ ਦਿਖਾਉਣਾ। ਹਾਂਜੀ ਮੈਂ ਸਭ ਦਿਖਾਊਂਗਾ, ਤੁਸੀਂ ਮੈਨੂੰ ਕਮੈਂਟ 'ਚ ਦੱਸਿਓ, ਹੋਮ ਟੂਰ ਵੀ ਦਿਖਾਵਾਂਗੇ ਆਪਾਂ, ਲਾਈਫ ਸਟਾਈਲ ਵੀ ਦਿਖਾਵਾਂਗੇ, ਅਤੇ ਯੂਟਿਊਬ ਚੈਨਲ ਤਾਂ ਆ ਗਿਆ ਆਪਣਾ, ਵੇਟ ਇਜ਼ ਓਵਰ ਗਾਈਜ਼। 12th ਕੇ ਬਾਅਦ ਕਿਆ ਸੋਚਾ ਹੈ, ਜੋਬ ਜਾਂ ਬਿਜ਼ਨਸ? 12th ਕੇ ਬਾਅਦ ਮੈਂ ਸਟੱਡੀ ਕਰੂੰਗਾ, ਉਸਕੇ ਬਾਅਦ ਆਈ ਡੂ ਮਾਈ ਬਿਜ਼ਨਸ, ਜੋਬ ਨਹੀਂ ਕਰਨੀ ਮੇਰੇ ਕੋ, ਬਿਜ਼ਨਸ ਹੀ ਕਰਾਂਗੇ ਆਪਾਂ,
ਇਹ ਸਭ ਵੀ ਚੱਲਦਾ ਰਹੂਗਾ ਤੇ ਬਿਜ਼ਨਸ ਵੀ ਕਰਾਂਗੇ ਆਪਾਂ। ਨੈਕਸਟ ਕੁਐਸਚਨ ਇਜ਼, ਇਹ ਮੈਨੂੰ ਬਹੁਤ ਵਧੀਆ ਲੱਗਾ, ਮੈਂ ਨਾਮ ਬੋਲਦਾ, ਦੀਪਕ ਰਾਤੀ ਅੰਡਰਸਕੋਰ 102 ਬਾਈ ਨੇ ਪੁੱਛਿਆ, ਕਦੇ ਇਗਜ਼ਾਮ 'ਚ ਨਕਲ ਮਾਰੀ, ਸੱਚੀ ਦੱਸਿਓ ਬਾਈ। ਬਾਈ ਇਗਜ਼ਾਮ 'ਚ ਨਕਲ ਯਾਰ ਕਿਹਨੇ ਨਹੀਂ ਮਾਰੀ, ਇੱਦਾਂ ਆਈ ਥਿੰਕ ਸੋ ਕੋਈ ਬੰਦਾ ਨਹੀਂ ਹੋਊਗਾ ਜਿਹਨੇ ਇਗਜ਼ਾਮ 'ਚ ਨਕਲ ਨਹੀਂ ਮਾਰੀ। ਮੈਂ ਬਹੁਤ ਮਾਰੀ, ਮੈਂ ਸਾਫ਼ ਕਹਿੰਦਾ ਮੈਂ ਇਗਜ਼ਾਮ 'ਚ ਨਕਲ ਬਹੁਤ ਮਾਰੀ ਆ, ਭਾਵੇਂ ਮੈਂ ਵਧੀਆ ਪੜ੍ਹਨ 'ਚ ਵਧੀਆ ਹੈਗਾ, ਬਟ ਫਿਰ ਵੀ ਮੈਂ ਨਕਲ ਮਾਰ ਕੇ ਹੀ ਪੇਪਰ ਜ਼ਿਆਦਾਤਰ ਕੀਤੇ ਆ। ਵਧੀਆ ਰਹਿੰਦਾ ਯਾਰ, ਮਜ਼ਾ ਚਿੱਲ ਰਹਿੰਦਾ ਬੰਦਾ। ਸਿਸਟਰ ਜਾਂ ਬ੍ਰਦਰ ਕਿੰਨੇ ਹੋ ਤੁਸੀਂ? ਆਈ ਹੈਵ ਵਨ ਰੀਅਲ ਬ੍ਰਦਰ, ਬਾਕੀ ਮੇਰੇ ਕਜ਼ਨਸ ਹੈਗੇ ਆ, ਉਹ ਬਹੁਤ ਸਪੋਰਟ ਕਰਦੇ ਮੈਨੂੰ, ਉਹਨਾਂ ਨੇ ਹੀ ਮੈਨੂੰ ਕਿਹਾ ਕਿ ਤੂੰ ਯੂਟਿਊਬ ਸ਼ੁਰੂ ਕਰ। ਨੈਕਸਟ ਕੁਐਸਚਨ ਇਜ਼, ਤੁਸੀਂ ਕਦੇ ਭੂਤ ਬੰਗਲੇ ਵਿੱਚ ਗਏ ਹੋ? ਹਾਂਜੀ, ਮੈਂ ਭੂਤ ਬੰਗਲੇ ਵਿੱਚ ਗਿਆ ਸੀਗਾ, ਮੈਂ ਮਤਲਬ ਛੋਟਾ ਸੀਗਾ, ਮੈਂ ਡਰਦਾ ਪਿਆ ਸੀਗਾ, ਬਟ ਮੈਨੂੰ ਵਧੀਆ ਲੱਗ ਰਿਹਾ ਸੀ, ਮੈਂ ਕਿਹਾ ਯਾਰ ਭੂਤ ਬੰਗਲਾ ਬਾਹਰੋਂ ਤਾਂ ਵਧੀਆ ਆ, ਜਾਣਾ ਚਾਹੀਦਾ ਹੈ। ਮੈਂ ਆਪਣੇ ਮਾਮੂ ਨੂੰ ਕਿਹਾ, ਮਾਮੂ ਚੱਲਦੇ ਹਾਂ ਆਪਾਂ ਦੇਖਦੇ ਹਾਂ, ਅਤੇ ਮੈਂ ਚੱਲ ਤਾਂ ਗਿਆ। ਬਸ ਉਸ ਤੋਂ ਬਾਅਦ ਤਾਂ ਉਹ ਵੀ ਮੇਰੀ ਇੱਕ ਅੰਬੈਰਸਿੰਗ ਮੂਮੈਂਟ ਸੀਗੀ, ਮੇਰੇ ਮਾਮੂ ਮੇਰੇ ਨਾਲ ਸੀ, ਮੇਰੇ ਮੂੰਹ 'ਚੋਂ ਸਾਰੀਆਂ ਗਾਲਾਂ ਹੀ ਨਿਕਲੀਆਂ, ਡਰ ਬਹੁਤ ਲੱਗਾ ਸੀਗਾ ਆਪਾਂ ਨੂੰ ਅੰਦਰ, ਭਾਵੇਂ ਸਭ ਬਣਾਇਆ ਗਿਆ ਸੀਗਾ, ਇਟ ਵਾਜ਼ ਫੈਂਟਸੀ ਵਰਲਡ, ਬਟ ਨਹੀਂ ਮੈਨੂੰ ਡਰ ਲੱਗਿਆ ਸੀਗਾ, ਮੇਰੇ ਮੂੰਹ 'ਚੋਂ ਬਹੁਤ ਗਾਲਾਂ ਨਿਕਲੀਆਂ ਸੀ, ਪੰਜਾਬੀ ਲੋਕ ਸਮਝ ਗਏ ਆਪਣੇ ਕੀ ਕੁਛ ਨਿਕਲਿਆ ਹੋਊਗਾ, ਅਤੇ ਮਾਮੂ ਨੇ ਆ ਕੇ ਮੈਨੂੰ ਬਾਹਰ ਕੁਛ ਕਿਹਾ ਨਹੀਂ, ਬਟ ਮੈਨੂੰ ਕਹਿੰਦੇ ਪੁੱਤ ਸੁਧਰ ਜਾ। ਉਹ ਮੈਨੂੰ ਮਤਲਬ ਅੰਬੈਰਸਿੰਗ ਉਹ ਵੀ ਲੱਗਾ ਸੀ, ਅਤੇ ਭੂਤ ਬੰਗਲੇ ਦੀ ਮੂਵਮੈਂਟ ਸੀਗੀ ਇੱਦਾਂ ਦੀ ਕੁਛ। ਆਪਣੇ ਫੈਨ ਕੇ ਬਾਰੇ ਮੈਂ 2 ਲਾਈਨ, ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਸਾਰੇ ਮੇਰੇ ਫੈਨਸ ਨਹੀਂ ਹੈਗੇ, ਆਈ ਲਵ ਯੂ ਆਲ ਗਾਇਜ਼, ਤੁਸੀਂ ਇੱਕ ਫੈਮਲੀ ਹੋ ਮੇਰੇ ਜੋ ਮੈਨੂੰ ਸਪੋਰਟ ਕਰਦੇ ਹੋ, ਇੱਦਾਂ ਹੀ ਸਪੋਰਟ ਅੱਗੇ ਤੱਕ ਕਰਦੇ ਰਹੋ। ਕੋਈ ਵੀ ਕਿਸੇ ਨੂੰ ਮੇਰੇ ਲਾਈਕ ਹੈਲਪ ਹੋਊਗੀ ਤਾਂ ਮੈਨੂੰ DM ਜ਼ਰੂਰ ਕਰਿਓ, ਜਿੱਥੇ ਤੱਕ ਮੈਥੋਂ ਹੈਲਪ ਕਰ ਹੋਈ ਮੈਂ ਕਰੂੰਗਾ। ਲਾਈਨਸ ਬਸ ਆਹੀ ਆ, ਆਈ ਲਵ ਯੂ ਗਾਇਜ਼, ਲਵ ਯੂ, ਤੁਸੀਂ ਬਹੁਤ ਕਿਊਟ ਹੋ, ਯੂ ਆਰ ਮਾਈ ਕ੍ਰਸ਼, ਪਲੀਜ਼ ਵਲੌਗ ਵਿੱਚ ਜ਼ਰੂਰ ਰਿਪਲਾਈ ਦਿਓ। ਥੈਂਕ ਯੂ ਸੋ ਮੱਚ ਓਫੀਸ਼ੀਅਲ ਪਲਵੀ ਰਾਜਪੁਰ 2907, ਥੈਂਕ ਯੂ ਸੋ ਮੱਚ। ਲਾਸਟ ਕੁਐਸਚਨ ਚੱਲਦੇ ਹਾਂ, ਕੁਐਸਚਨ ਵੀ ਨਹੀਂ ਇਹਨੂੰ ਕਹਿ ਸਕਦੇ ਆਪਾਂ, ਰਿਕੁਐਸਟ ਹੀ ਆ ਕਿ ਤੁਸੀਂ ਇੱਕ ਵਾਰ ਆਪਣੀ ਆਈਬ੍ਰੋਜ਼ ਨੂੰ ਉੱਪਰ ਥੱਲੇ ਕਰਕੇ ਦਿਖਾ ਦਿਓ, ਮੈਨੂੰ ਬਹੁਤ ਸੋਹਣਾ ਲੱਗਦਾ, ਪਲੀਜ਼। ਸੋ ਆਈਬ੍ਰੋਜ਼ ਨੂੰ ਕਰ ਦਿੰਦੇ ਹਾਂ, ਦੇਖੋ ਜੀ, ਤੋ ਬਸ ਇੱਥੇ ਤੱਕ ਹੀ ਆਪਾਂ ਐਂਡ ਕਰਦੇ ਹਾਂ ਹੁਣ ਆਪਣੇ ਵਲੌਗ ਨੂੰ। ਸੋ ਹਾਂਜੀ ਗਾਇਜ਼, ਇੱਥੇ ਤੱਕ ਆਪਣੇ ਕੁਐਸਚਨ ਸੀਗੇ, ਮੈਂ ਥੋੜ੍ਹੇ ਗਿਣ ਕੇ ਕੁਐਸਚਨ ਮਤਲਬ ਆਨਸਰ ਦਿੱਤੇ ਆ, ਕਈਆਂ ਦੇ ਰਹਿ ਗਏ ਹੋਗੇ ਤਾਂ ਆਈ ਐਮ ਸੋਰੀ। ਆਪਾਂ ਇੱਕ ਵਾਰੀ ਹੋਰ ਸਟੋਰੀ ਪਾਵਾਂਗੇ, Q&A ਦਾ ਵਲੌਗ ਸੈਕਿੰਡ ਪਾਰਟ ਜ਼ਰੂਰ ਬਣਾਵਾਂਗੇ, ਤਾਂ ਜੇ ਤੁਹਾਨੂੰ ਵਧੀਆ ਲੱਗਾ ਇਹ ਵਲੌਗ, ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਬਾਕੀ ਥੈਂਕ ਯੂ ਸੋ ਮੱਚ, ਤੁਹਾਡਾ ਲਵ ਯੂ, ਤੁਹਾਡੇ ਸਾਰਿਆਂ ਨਾਲ ਇੱਦਾਂ ਸਪੋਰਟ ਕਰਦੇ ਰਹੋ, ਪਿਆਰ ਦਿੰਦੇ ਰਹੋ, ਆਪਾਂ ਵਲੌਗਸ ਹੋਰ ਬਣਾਉਂਦੇ ਰਹਾਂਗੇ, ਅਤੇ ਜਿਹਨੇ ਇੰਸਟਾ ਨਹੀਂ ਫੋਲੋ ਕੀਤਾ, ਜਾਂਦੇ ਜਾਂਦੇ ਫੋਲੋ ਕਰ ਲਿਓ। ਦਾ ਗੌਤਮ ਸ਼ਰਮਾ।